ਕੁਆਟੀ ਦੇ ਪਿੰਡ ਮਾੜੀ ਉਦੋਕਾ ਵਿਖੇ ਅੰਤਾਂ ਦੇ ਗਰੀਬ ਕਿਸਾਨ ਤਰਸੇਮ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਪਿਛਲੇ ਇੱਕ ਸਾਲ ਤੋਂ ਗੁਪਤ ਅੰਗ ਉੱਤੇ ਕੈਂਸਰ ਹੋਣ ਕਰਕੇ ਪੀੜਤ ਪਰਿਵਾਰ ਨੇ ਸਮਾਜ ਸੇਵੀ ਵੀਰਾਂ ਅਤੇ ਦਾਨੀ ਸੱਜਣਾਂ ਤੋਂ ਇਲਾਜ ਲਈ ਮਦਦ ਦੀ ਗੁਹਾਰ ਲਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਨਗਰ ਮਾੜੀ ਉਦੋਕੇ, ਸਭ ਤੋਂ ਪਹਿਲਾਂ ਮੈਂ ਪ੍ਰੈਸ ਵਾਲਿਆਂ ਦਾ ਧੰਨਵਾਦ ਵੀਰਾਂ ਦਾ ਕਰਦਾ ਹਾਂ ਜੋ ਭਾਈ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਆਣ ਕੇ ਉਹਨਾਂ ਦਾ ਹਾਲ ਚਾਲ ਜਾਣਿਆ ਹੈ। ਸੋ ਭਾਈ ਤਰਸੇਮ ਸਿੰਘ ਜਿਹੜਾ ਹੈ, ਇਹ ਕੋਈ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਵੀਰ ਪੀੜਿਤ ਹੈ। ਜੋ ਇਲਾਜ ਤੁਹਾਨੂੰ ਪਤਾ ਹੈ, ਕੈਂਸਰ ਦਾ ਬਹੁਤ ਮਹਿੰਗਾ ਹੈ, ਗਰੀਬ ਬੰਦਾ ਇਲਾਜ ਕੈਂਸਰ ਦਾ ਨਹੀਂ ਕਰਾ ਸਕਦਾ। ਸੋ ਤਿੰਨ ਬੱਚੇ ਨੇ ਵੀਰ ਦੇ, ਇੱਕ ਬੇਟਾ ਹੈ, ਉਹ ਬਾਹਰ ਭੇਜਿਆ ਸੀ ਕਰਜ਼ਾ ਚੁੱਕ ਕੇ, ਉਹ ਵੀ ਲੋਕਡਾਊਨ ਕਰਕੇ ਬਾਹਰ ਬੱਚਾ ਜਿਹੜਾ ਬੈਠਾ ਆ, ਪੈਸਾ ਬਾਹਰੋਂ ਨਹੀਂ ਆ ਰਿਹਾ। ਅਤੇ ਦੋ ਬੇਟੀਆਂ ਨੇ, ਉਹ ਵੀ ਬੇਟੀਆਂ ਵਿਆਹੁਣ ਜੋਗੀਆਂ ਨੇ, ਉਹਨਾਂ ਦਾ ਵੀ ਫਿਕਰ ਜਿਹੜਾ ਪਰਿਵਾਰ ਨੂੰ ਪਿਆ ਹੋਇਆ ਹੈ। ਸੋ ਅਸੀਂ ਸਾਰੇ ਸਾਡੇ ਸਤਿਕਾਰਯੋਗ ਨਗਰ ਮੈਂਬਰ ਪੰਚਾਇਤ ਜਿਹੜੀ ਹੈ, ਸਰਦਾਰ ਨਰਵੈਲ ਸਿੰਘ ਸਰਪੰਚ, ਹੋਰ ਮੈਂਬਰ ਪੰਚਾਇਤ ਜਿਹੜੇ ਸਾਰਾ ਸਾਥ ਜਿਹੜਾ ਵੀਰ ਦਾ ਦੇ ਰਹੇ ਆ। ਸੋ ਅਸੀਂ ਦੇਸ਼ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਨੂੰ, ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਤਰਸੇਮ ਸਿੰਘ ਦਾ ਵੱਧ ਤੋਂ ਵੱਧ ਜਿਹੜਾ ਹੈ ਸਹਿਯੋਗ ਦਿਓ, ਜੋ ਇਹ ਗਰੀਬ ਪਰਿਵਾਰ ਦਾ ਇਲਾਜ ਹੋ ਸਕੇ। ਸੋ ਤੁਰਨ ਫਿਰਨ ਜੋਗਾ ਹੋ ਸਕੇ, ਅਸੀਂ ਇਹੋ ਅਰਦਾਸ ਬੇਨਤੀ ਮਹਾਰਾਜ ਅੱਗੇ ਕਰਦੇ ਹਾਂ ਕਿ ਭਾਈ ਤਰਸੇਮ ਸਿੰਘ ਨੂੰ ਸਤਿਗੁਰੂ ਜੀ ਤੰਦਰੁਸਤੀ ਬਖਸ਼ ਕਰਨ। ਸਮੂਹ ਦੇਸ਼ ਵਿਦੇਸ਼ਾਂ ਦੀ ਸੰਗਤ ਨੂੰ, ਸੰਸਥਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਗਰੀਬ ਪਰਿਵਾਰ ਦਾ ਜਿਹੜਾ ਹੈ ਇਲਾਜ ਜਿਹੜਾ ਹੈ ਕਰਵਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਡੇਢ ਸਾਲ ਹੋ ਗਿਆ। ਤੇ ਫਿਰ ਕਿੱਦਾਂ, ਘਰ 'ਚ ਕਮਾਉਣ ਵਾਲਾ ਵੀ ਕੋਈ ਨਹੀਂ ਹੈ, ਤੇ ਇਲਾਜ ਕਿਸ ਤਰ੍ਹਾਂ ਹੋ ਰਿਹਾ? ਇਲਾਜ ਬੜਾ ਮੁਸ਼ਕਲ, ਵੀ ਇਲਾਜ ਨਹੀਂ ਹੋ ਰਿਹਾ, ਪੈਸਿਆਂ ਦੇ ਕਰਕੇ ਇਲਾਜ ਨਹੀਂ ਹੋ ਰਿਹਾ, ਵੀ ਇਲਾਜ ਵਾਸਤੇ ਪੈਸੇ ਚਾਹੀਦੇ। ਅਤੇ ਆਪਣਾ ਇੱਕ ਕਾਕਾ, ਉਹ ਬਾਹਰ ਭੇਜਿਆ ਸੀ ਆਪਣਾ ਘਰ ਗਹਿਣੇ ਰੱਖ ਕੇ, ਵੀ ਚਲੋ ਬਾਹਰ ਜਾ ਕੇ ਕੁਛ ਪੈਸਾ ਕਮਾਊਗਾ, ਪਰ ਉਹ ਵੀ ਲੋਕਡਾਊਨ ਕਰਕੇ ਵੀ ਬੈਠੇ, ਉਹਨਾਂ ਨੂੰ ਵੀ ਉੱਧਰ ਪੈਸਿਆਂ ਦੀ ਲੋੜ ਆ, ਉੱਧਰ ਪੈਸੇ ਵੀ ਬੜੇ ਭੈਣ ਭਰਾਵਾਂ ਰਿਸ਼ਤੇਦਾਰਾਂ ਤੋਂ ਚੁੱਕ ਚੁਕਾ ਕੇ ਇੱਧਰੋਂ ਪਾਏ ਉਹਨਾਂ ਨੂੰ। ਕੀ ਗੱਲ, ਕੰਮ ਹੀ ਨਹੀਂ ਮਿਲਿਆ ਜੀ? ਹਾਂਜੀ, ਉੱਧਰ ਕੰਮ ਨਹੀਂ ਮਿਲਿਆ ਜੀ ਉਹਨਾਂ ਨੂੰ। ਕੀ ਸਮਾਜ ਸੇਵੀ ਵੀਰਾਂ ਨੂੰ ਕੀ ਅਪੀਲ ਕਰਦੇ? ਅਪੀਲ ਕਰਦੇ ਹਾਂ ਵੀ ਸਾਨੂੰ ਇਲਾਜ ਵਾਸਤੇ ਵੱਧ ਤੋਂ ਵੱਧ ਚਲੋ ਇਹਨਾਂ ਦੀ ਸਹਾਇਤਾ ਕੀਤੀ ਜਾਵੇ, ਵੀ ਇਲਾਜ ਵਾਸਤੇ ਪੈਸੇ ਦਿੱਤੇ ਜਾਣ, ਅਸੀਂ ਇਹਨਾਂ ਦਾ ਇਲਾਜ ਕਰਵਾ ਸਕੀਏ। ਭਾਜੀ ਤਰਸੇਮ ਸਿੰਘ, ਅਤੇ ਕਿਸ ਕਦੋਂ ਦੀ ਇਹ ਲੜੀ ਤੁਹਾਨੂੰ? ਬਿਮਾਰੀ ਸਾਲ ਡੇਢ ਸਾਲ ਹੀ ਚੱਲਿਆ ਜੀ। ਅਤੇ ਤੁਸੀਂ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ? ਹਾਂ, ਨਹੀਂ, ਇਲਾਜ ਕਰਵਾਉਣ ਦੀ ਕੋਸ਼ਿਸ਼, ਪੈਸੇ ਕਾਨੂੰਨੀ ਇਲਾਜ, ਅਸੀਂ ਗਏ ਹਾਂ ਗੁਰੂ ਰਾਮਦਾਸ, ਅਤੇ ਗੁਰੂ ਰਾਮਦਾਸ ਸਾਡੇ ਕੋਲ ਪੈਸੇ ਮੰਗਿਆ 3-4 ਲੱਖ ਰੁਪਈਆ, ਅਸੀਂ ਫਿਰ ਰਾਤ ਰਹਿ ਕੇ ਘਰ ਆ ਗਏ ਆਪਣੇ, ਫਿਰ ਹੁਣ ਕੋਈ ਦਿਵਾਲੀ ਖਾ ਰਹੇ ਅਸੀਂ ਪੈਸਾ ਕੋਲੋਂ, ਅਤੇ ਸਾਡਾ ਘਰ ਵੀ ਗਹਿਣੇ ਸੀ ਜਿਹੜਾ ਪੈ ਗਿਆ, ਵੀ ਮਾੜੀ ਮੋਟੀ ਦਵਾ ਖਾਂਦਾ ਰਿਹਾ, ਲੀਕ ਇੱਥੋਂ ਕਦੇ ਇੱਥੋਂ ਲੀਕ ਖਾਂਦਾ ਰਿਹਾ, ਹੁਣ ਮੇਰੀ ਕੋਈ ਵਾਹ ਨਹੀਂ ਹੈਗੀ, ਨਾ ਕੋਈ ਪੈਸਾ ਹੀ ਕੋਲ, ਕੋਈ ਬਹੁਤ ਲਿਖਤ ਮਾੜੀ ਹੈ। ਅਤੇ ਮੇਰੀ ਬਾਹਰ ਦੇ ਵੀਰਾਂ ਨੂੰ ਬੇਨਤੀ ਆ ਵੀ ਤੁਹਾਨੂੰ ਪੈਸੇ ਭੇਜੋ ਅਤੇ ਮੇਰਾ ਇਲਾਜ ਹੋ ਜਾਏ। ਨਰਵੈਲ ਸਿੰਘ ਸਰਪੰਚ ਮਾੜੀ ਉਦੋਂ ਕਿਵੇਂ ਜੀ? ਇਹ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਜੀ? ਗੁਜ਼ਾਰਾ ਬਹੁਤ ਮਾੜਾ ਹੀ ਹੈ ਹਾਲ ਜੀ, ਇਹਨਾਂ ਨੂੰ ਬਿਮਾਰੀ ਨੇ ਘੇਰ ਲਿਆ, ਕੈਂਸਰ ਨੇ, ਨਾ ਮਰਾ ਬਿਮਾਰੀ ਹੈ ਤੁਹਾਨੂੰ ਪਤਾ ਜੀ। ਅਤੇ ਬਾਕੀ ਤੁਹਾਨੂੰ ਬਾਬਾ ਜੀ ਨੇ ਸਾਰਾ ਹੀ ਦੱਸ ਦਿੱਤਾ ਹੈ ਵੀ ਇਹਨਾਂ ਦਾ ਬਹੁਤ ਮਾੜਾ ਹਾਲ ਆ ਜੀ। ਅਤੇ ਬਾਹਰ ਮੇਰੇ ਵੀਰ ਜਿਹੜੇ ਕੋਈ ਸੇਵਾ ਕਰਦੇ ਆ, ਉਹਨਾਂ ਨੂੰ ਵੀ ਬੇਨਤੀ ਆ ਵੀ ਬਾਬਾ ਜੀ ਹੋਣਾ ਵੀ ਕੀਤੀ ਆ, ਅਤੇ ਅਸੀਂ ਵੀ ਕਰਦੇ ਹਾਂ ਕਿ ਜਿੰਨੀ ਜੋਗੇ ਅਸੀਂ ਹਾਂ ਅਸੀਂ ਵੀ ਕਰਨ ਡਿਆ ਜੀ। ਬਾਕੀ ਜਿਹੜੇ ਬਾਹਰ ਮੇਰੇ ਵੀਰ ਸੇਵਾ ਕਰਦੇ ਆ, ਉਹ ਇਹਨਾਂ ਦੀ ਵੀ ਸੇਵਾ ਕਰਨ ਅਤੇ ਇਹਨਾਂ ਵਿਚਾਰਿਆਂ ਨੂੰ ਤੰਦਰੁਸਤੀ ਮਿਲ ਸਕੇ। ਵਾਹਿਗੁਰੂ ਜੀ। ਬੱਚੇ ਇਹਨਾਂ ਦੀ 2 ਗੁੱਡੀਆਂ ਜੀ, ਅਤੇ 1 ਬੱਚਾ ਜੀ ਉਹ ਵੀ ਬਾਹਰ ਆ, ਅਤੇ ਉਹਦਾ ਵੀ ਕੋਈ ਹਾਲ ਨਹੀਂ ਜੀ। ਲੋਕਡਾਊਨ 'ਚ ਪਹਿਲਾਂ ਥੋੜ੍ਹਾ ਕੁ ਦਿਨ ਚੱਲ ਗਿਆ ਸੀ, ਅਤੇ ਹੁਣ ਉਹ ਉੱਥੇ ਹੀ ਘੇਰਿਆ ਹੋਇਆ ਜੀ, ਨਾ ਕੋਈ ਉਹਦਾ ਕੰਮ ਚੱਲਦਾ ਹੈ, ਇੱਥੋਂ ਪੈਸੇ ਪੂਸੇ ਘਲਾਉਂਦੇ ਆ ਜੀ। ਅਤੇ ਬਾਕੀ ਕੋਈ ਵੀ ਇਹਨਾਂ ਦਾ ਹਾਲ ਜਿਹੜਾ ਬਹੁਤ ਮਾੜਾ, ਅਤੇ ਬੇਨਤੀ ਆ ਵੀ ਸਾਰਾ ਹੀ ਜੋ ਵੀ ਸੰਸਥਾ ਹੈ ਉਹ ਸਾਰਿਆ ਇਹਨਾਂ ਦਾ ਕੋਈ ਇਲਾਜ ਕਰਵਾਉਣ, ਜਿੱਦਾਂ ਵੀ ਹੁੰਦਾ ਹੈ ਅਸੀਂ ਵੀ ਜਿੰਨੀ ਜੋ ਕਿ ਪੰਚਾਇਤ ਸਾਡੀ ਆ, ਅਸੀਂ ਵੀ ਇਹਨਾਂ ਦੇ ਨਾਲ ਡਏ ਕਰਨ। ਅਤੇ ਬਾਕੀ ਜ਼ਰੂਰੀ ਹੈ ਜੀ, ਇਹਨਾਂ ਨੂੰ ਬੇਨਤੀ ਆ, ਜਿਸ ਤਰ੍ਹਾਂ ਬਾਬਾ ਜੀ ਹੋਣਾ ਵੀ ਬੇਨਤੀ ਕੀਤੀ ਹੈ, ਅਸੀਂ ਵੀ ਬੇਨਤੀ ਕਰਦੇ ਹਾਂ ਜੀ, ਇਹਨਾਂ ਦਾ ਬਿਲਕੁਲ ਸਹੀ ਤਰੀਕੇ ਨਾਲ ਵਿਚਾਰਿਆਂ ਦਾ ਇਲਾਜ ਕਰਾਇਆ ਜਾਵੇ, ਜਿਹੜੇ ਆਪਦੇ ਘਰ ਇਹ ਤੰਦਰੁਸਤੀ ਲੈ ਕੇ ਆਉਣ। ਤਰਨ ਤਾਰਨ ਤੋਂ ਰਿੰਕਲ ਗੋਲਨ ਦੀ ਰਿਪੋਰਟ ਲਾਈਵ ਬਾਰੇ।